ਅਤੇ ਮੈਂ ਤੁਹਾਡਾ ਆਪਣਾ ਲਖਵਿੰਦਰ ਸਿੰਘ। ਸੋ ਦੋਸਤੋ, ਅੱਜ ਮੈਂ ਪਿੰਡ ਚੀਮੇਬਾਟ ਸਰਦਾਰ ਮੇਜਰ ਸਿੰਘ ਜਹੇਦਾਰ ਜੀ ਉਹਨਾਂ ਦੇ ਗ੍ਰਹਿ ਪਹੁੰਚਿਆ ਪਿੰਡ ਚੀਮੇਬਾਟ, ਜਿਨ੍ਹਾਂ ਦਾ ਕਾਫੀ ਸਮੇਂ ਤੋਂ ਮਤਲਬ ਐਕਸੀਡੈਂਟ ਹੋ ਗਿਆ ਸੀ, ਉਹਨਾਂ ਦੀ ਜਿਹੜੀ ਲੱਤ ਆ ਫੈਕਚਰ ਹੋ ਗਈ ਸੀ। ਉਹਨਾਂ ਨੂੰ ਇਸ ਟਾਈਮ ਬਹੁਤ NRI ਵੀਰਾਂ ਦੀ ਸਹਿਯੋਗ ਦੀ ਲੋੜ ਆ। ਮੇਰੀ ਬੇਨਤੀ ਉਹਨਾਂ ਵੀਰਾਂ ਨੂੰ ਕਿ ਪਲੀਜ਼ ਜਹੇਦਾਰ ਦੀ ਹੈਲਪ ਕੀਤੀ ਜਾਵੇ, ਕਿਉਂਕਿ ਤੁਹਾਨੂੰ ਪਤਾ ਵਾ ਪ੍ਰੇਸ਼ਨਾਂ 'ਤੇ ਬਹੁਤ ਵੱਡੇ ਵੱਡੇ ਖਰਚੇ ਹੁੰਦੇ ਆ, ਕਿਉਂਕਿ ਕਾਫੀ ਭਰਾ ਦਾ ਪੈਸਾ ਲੱਗ ਚੁੱਕਾ ਵਾ। ਅਤੇ ਮੇਰੀ ਆਵਾਜ਼ ਸੁਣਦੇ ਹੁਣ ਜਿੰਨੇ ਵੀ ਸੰਸਥਾ ਔਰ ਜਹੇਦਾਰ, ਜਿੰਨੇ ਵੀ ਮੇਰੇ ਭਰਾ, ਔਰ ਸਾਰਿਆਂ ਨੂੰ ਬੇਨਤੀ ਇਹੋ ਹੀ ਆ ਵੀ ਪਲੀਜ਼ ਭਰਾ ਦੀ ਹੈਲਪ ਕੀਤੀ ਜਾਵੇ। ਅਤੇ ਮੇਰੇ ਨਾਲ ਸਰਦਾਰ ਮੇਜਰ ਸਿੰਘ ਜਹੇਦਾਰ ਜੀ, ਉਹਨਾਂ ਦੇ ਨਾਲ ਮੈਂ ਗੱਲਬਾਤ ਕਰਾਊਂਗਾ। ਔਰ ਦੇਖੋ, ਕਾਫੀ ਸਮੇਂ ਤੋਂ ਉਹਨਾਂ ਦੇ ਸੱਟ ਲੱਗੀ ਆ ਅਤੇ ਬਹੁਤ ਔਖਾ ਕੰਮ ਕਰਦਾ ਗੁਜ਼ਰ ਗੁਜ਼ਾਰਾ ਕਰਨਾ, ਤੁਹਾਨੂੰ ਪਤਾ ਹੀ ਆ ਘਰ ਦੇ ਵਿੱਚ ਬੜੇ ਬੜੇ ਘਰਾਂ ਦੇ ਬਿਮਾਰੀਆਂ ਘਰ ਖਾ ਗਈਆਂ। ਅਤੇ ਜਹੇਦਾਰ ਨੇ ਪੈਸੇ ਬਹੁਤ ਲਾਏ ਆ ਅਤੇ ਮੈਂ ਰਿਕੁਐਸਟ ਕਰਦਾ ਆਪਣੇ ਵੀਰਾਂ ਨੂੰ, ਜਿੰਨੇ ਮੇਰੇ ਵੀਰ ਇੰਗਲੈਂਡ, ਅਮੈਰੀਕਾ, ਜਰਮਨ, ਕਨੇਡਾ ਵਾਲੇ, ਅਮਰੀਕਾ ਵਾਲੇ, ਸਾਰੇ ਵੀਰਾਂ ਨੂੰ ਬੇਨਤੀ ਆ ਵੀ ਸਾਡੇ ਵੱਡੇ ਭਰਾ ਦੀ ਹੈਲਪ ਕੀਤੀ ਜਾਵੇ, ਤੁਹਾਡਾ ਆਪਣਾ ਭਰਾ ਜਹੇਦਾਰ ਗੁਰਮੁਖੀ ਸਿੰਘ। ਅਤੇ ਮੈਂ ਉਹਨਾਂ ਦੇ ਨਾਲ ਗੱਲਬਾਤ ਕਰਾਊਂਗਾ ਭਰਾ ਜੀ ਦੇ ਨਾਲ, ਮੇਜਰ ਸਿੰਘ ਜਹੇਦਾਰ ਜੀ। ਹਾਂਜੀ ਜਹੇਦਾਰ ਜੀ, ਇਹ ਕਿੰਨੇ ਸਮੇਂ ਤੋਂ ਤੁਹਾਡੇ ਸੱਟ ਲੱਗੀ ਆ ਅਤੇ ਹੁਣ ਤੱਕ ਕਿੱਥੇ ਕਿੱਥੇ ਤੁਸੀਂ ਇਲਾਜ ਕਰਾਇਆ ਵਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ, ਮੇਰੇ 2-2.5 ਸਾਲ ਹੋ ਗਏ ਸੱਟ ਲੱਗੀ ਨੂੰ, ਅਤੇ ਮੈਂ ਕਾਫੀ ਜਗ੍ਹਾ ਤੋਂ ਇਲਾਜ ਕਰਾਇਆ, ਕਦੀ ਸੁਭਾਨਪੁਰੋਂ, ਕਦੀ ਕਪੂਰਥਲਿਆਂ, ਜਿੱਥੇ ਵੀ ਕੋਈ ਦਸ ਪੈਂਦੀ ਹੈ ਉੱਥੋਂ ਇਲਾਜ ਕਰਾਇਆ, ਪਰ ਕੋਈ ਤਸੱਲੀ ਬਖਸ਼ ਇਲਾਜ ਹੋਇਆ ਨਹੀਂ ਗਾ। ਇਹ ਹੁਣ ਪਲੇਟ ਜਿਹੜੀ ਆ ਰਿਮੂਵ ਕਰਾਉਣੀ ਪੈਣੀ ਆ, ਫਿਰ ਦੁਬਾਰਾ ਆਪਰੇਸ਼ਨ ਹੋਣਾ, ਕਿੱਲ ਕੁੱਲ ਵਾਹਵਾ ਕਾਫੀ ਲੱਗੇ ਆ। ਅਤੇ ਹਾਂਜੀ ਭਰਾ ਜੀ, ਹੁਣ ਵੀ ਆਪਰੇਸ਼ਨ 'ਤੇ ਬਹੁਤ ਜ਼ਿਆਦਾ ਪੈਸੇ ਲੱਗਣੇ ਆ ਭਰਾ ਦੇ, ਅਤੇ ਇਹੋ ਹੀ ਰਿਕੁਐਸਟ ਆ, ਆਪਰੇਸ਼ਨ ਕਰਾ ਕੇ ਵੀ ਤੁਹਾਨੂੰ ਪਤਾ ਫਿਰ 3-4 ਮਹੀਨੇ 5 ਵੀ ਲੰਘ ਜਾਂਦੇ ਆ, ਲੰਮਾ ਸਫ਼ਰ ਹੋ ਜਾਂਦਾ ਵਾ, ਅਤੇ ਮੰਜੇ 'ਤੇ ਰਹਿਣਾ ਪੈਣਾ ਵਾ। ਅਤੇ ਬੇਨਤੀ ਇਹੋ ਵੀਰਾਂ ਨੂੰ ਵੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ। ਆਹ ਵੇਖੋ, ਥੋੜ੍ਹੇ ਦਿਨਾਂ ਤੱਕ ਇਹਨਾਂ ਨੇ ਆਪਣਾ ਆਪਰੇਸ਼ਨ ਕਰਾਉਣਾ ਵਾ। ਆਹ ਇਹਨਾਂ ਦੇ ਫ੍ਰੈਕਚਰ ਆ ਜਿੱਥੋਂ ਲੱਤ ਹੋਈ ਸੀ, ਆਹ ਦੇਖੋ। ਹਾਂਜੀ ਹਾਂਜੀ, ਆਹ ਦੇਖੋ ਇੱਧਰੋਂ ਵੀ ਕਿੱਲ ਪਏ ਆ, ਬਹੁਤ ਜ਼ਿਆਦਾ ਲੱਤ 'ਚ ਕਿੱਲ ਪਏ ਆ, ਉਹਨਾਂ ਦੁਬਾਰਾ ਆਪਰੇਸ਼ਨ ਕਰਾਉਣਾ ਵਾ ਅਤੇ ਪੈਸੇ ਦੀ ਬਹੁਤ ਜ਼ਿਆਦਾ ਲੋੜ ਆ। ਅਤੇ ਮੇਰੀ ਬੇਨਤੀ ਆ ਭਰਾਵਾਂ ਨੂੰ, ਪਾਠੀ ਸਿੰਘਾਂ ਨੂੰ ਵੀ, ਵੀਰਾਂ ਨੂੰ ਕਿ ਪਲੀਜ਼ ਹੈਲਪ ਕੀਤੀ ਜਾਵੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਚੈਨਲ ਰਾਹੀਂ ਜੀ ਜਹੇਦਾਰ ਜੀ ਇਹਦੇ ਬਾਰੇ? ਮੈਂ ਜੀ ਖਾਨਪਾਲ ਸਾਹਿਬ ਕਰਦਾ, ਪਾਠੀ ਸਿੰਘ ਹੈ ਜੀ। ਅਤੇ ਮੈਂ ਕਹਿੰਦਾ ਕਿ ਸੰਸਥਾ ਕੋਈ ਜਾਂ ਕੋਈ NRI ਵੀਰ ਜੋ ਵੀ ਮਦਦ ਕਰਨੀ ਚਾਹੁੰਦਾ ਉਹ ਮਦਦ ਕਰੇ ਅਤੇ ਮੈਂ ਤੰਦਰੁਸਤ ਹੋ ਜਾਵਾਂ, ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹੋਵਾਂ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੇ ਸਰਦਾਰ ਮੇਜਰ ਸਿੰਘ ਪਿੰਡ ਚੀਮੇਬਾੜ ਤੋਂ। ਜਿੰਨੇ ਵੀ NRI ਵੀਰ ਆ, ਪਲੀਜ਼ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।